ਕਿਹੜੀ ਚੀਜ਼ ਆ ਜਿਹੜੀ ਕਿ ਕਦੇ ਇੱਕ ਤਾਂ ਖੁਦ ਕੁਛ ਨਹੀਂ ਖਾਂਦੀ ਹੈਗੀ ਪਰ ਸਾਰਿਆਂ ਨੂੰ ਉਹ ਬਹੁਤ ਕੁਛ ਖਵਾਉਂਦੀ ਹੈ। ਆਪ ਕਦੇ ਕੁਛ ਨਹੀਂ ਖਾਂਦੀ ਪਰ ਸਾਰਿਆਂ ਨੂੰ ਬਹੁਤ ਕੁਛ ਖਿਲਾਉਂਦੀ ਹੈ। ਬੁੱਝੋ ਜੀ ਬੁੱਝੋ, ਆਤਮ ਜੋ ਬੁੱਝ ਸਕਦਾ ਹੈ ਇਹੋ ਜਿਹੀ ਕਿਹੜੀ ਚੀਜ਼ ਹੈ ਜੋ ਆਪ ਤਾਂ ਕੁਛ ਨਹੀਂ ਖਾਂਦੀ ਸਾਰਿਆਂ ਨੂੰ ਬਹੁਤ ਕੁਛ ਖਿਲਾਉਂਦੀ ਹੈ? ਹਲਵਾਈ। ਹਲਵਾਈ ਤਾਂ ਆਪ ਇੰਨਾ ਕੁਛ ਖਾਂਦਾ, ਦੇਖੇ ਨੇ ਹਲਵਾਈ, ਸਾਰੇ ਹਲਵਾਈ ਮੋਟੇ ਮੋਟੇ ਹੁੰਦੇ ਨੇ, ਅਗਲੇ ਖਾਂਦੇ ਪੀਂਦੇ ਘਰ ਦੇ ਨੇ, ਨਜ਼ਰ ਕਿਉਂ ਲਾਉਂਦੇ ਹੋ? ਹਲਵਾਈ ਭਾਜੀ ਹੈ, ਜਿੰਨੇ ਵੀ ਹਲਵਾਈ ਪਤਲਾ ਦੇਖਿਆ ਕਦੀ ਕੋਈ ਹਲਵਾਈ ਪੂਰੇ ਨਹੀਂ, ਬਟ ਜਿਨ੍ਹਾਂ ਨੂੰ ਹੁੰਦਾ ਵੀ ਮੈਂ ਫਿੱਟ ਰਹਿਣਾ ਉਹ ਪਤਲੇ ਹੁੰਦੇ ਵੀ। ਹਾਂ ਉਹ ਤਾਂ ਹੈ, ਲੇਕਿਨ ਜ਼ਿਆਦਾਤਰ ਪਤਾ ਲੱਗਦਾ ਕਿ ਹਲਵਾਈ ਹੈ ਭਾਈ। ਯੈਸ। ਖੈਰ ਉਹ ਕੀ ਚੀਜ਼ ਹੈ ਜੋ ਜਦ ਕਦੀ ਖੁਦ ਕੁਛ ਨਹੀਂ ਖਾਂਦੀ ਪਰ ਸਾਰਿਆਂ ਨੂੰ ਸਭ ਕੁਛ ਖਿਲਾਉਂਦੀ? ਬਹੁਤ ਕੁਛ ਖਿਲਾਉਂਦੀ ਹੈ। ਬਹੁਤ ਕੁਛ ਖਿਲਾਉਂਦੀ ਹੈ ਭਾਈ, ਇਹੋ ਜਿਹੀ ਕਿਹੜੀ ਚੀਜ਼ ਹੋ ਸਕਦੀ ਹੈ ਖੁਦ ਨਾ ਖਾਏ? ਸਾਨੂੰ ਦੇਖੋ ਪੇੜ ਵੀ ਹੈ, ਪੇੜ ਸਾਨੂੰ ਫਲ ਫਰੂਟ ਦਿੰਦੇ ਨੇ, ਹੈ ਨਾ, ਬਟ ਉਹ ਵੀ ਤਾਂ ਖਾਂਦੇ ਹੀ ਨੇ, ਕਹਿਣ ਦਾ ਭਾਵ ਕਿ ਮਤਲਬ ਪਾਣੀ ਲੱਗਦਾ, ਖਾਦ ਲੱਗਦੀ ਹੈ, ਬੜਾ ਕੁਛ ਹੁੰਦਾ ਹੈ ਨਾ। ਹਾਂਜੀ। ਅਤੇ ਇਹੋ ਜਿਹੀ ਕਿਹੜੀ ਚੀਜ਼ ਹੋ ਸਕਦੀ ਹੈ ਜੋ ਕੁਛ ਖਾਂਦਾ ਪੀਂਦਾ ਨਹੀਂ? ਹਿੰਟ ਦਿਓ ਜੀ ਮਾੜਾ ਜਿਹਾ, ਬਾਕੀ ਜਿਹਨਾਂ ਨੂੰ ਪਤਾ ਵੀ ਕਮੈਂਟ ਰਹੀ ਜਵਾਬ ਦੇ ਸਕਦੇ ਆ। ਇਹਨੂੰ ਨਾਰਮਲੀ ਸਾਰੇ ਯੂਜ਼ ਕਰਦੇ ਨੇ। ਮੈਂ ਯੂਜ਼ ਕਰਦਾ ਬਹੁਤ। ਕਿੱਥੇ? ਗੱਡੀ 'ਚ ਪਈ ਹੈ ਮੇਰੇ? ਹਾਂ। ਚਮਚ? ਕਿਵੇਂ ਚਮਚ? ਦੇਖੋ ਜੀ ਚਮਚ ਹੈ, ਉਹਦੇ ਨਾਲ ਆਪਾਂ ਹਰ ਚੀਜ਼ ਟੇਸਟ ਕਰ ਲੈਂਦੇ, ਦਾਲ, ਸਬਜ਼ੀ, ਮਟਰ ਪਨੀਰ, ਸ਼ਾਹੀ ਪਨੀਰ, ਕੜਾਹੀ ਪਨੀਰ, ਸਾਰੇ ਪਨੀਰ, ਹੈ ਠੀਕ ਹੈ। ਚਮਚ ਆਪ ਤਾਂ ਕੁਛ ਨਹੀਂ ਖਾਂਦਾ, ਆਪ ਤਾਂ ਕੁਛ ਨਹੀਂ ਖਾਂਦਾ ਨਾ, ਹੈ ਸਹੀ ਗੱਲ। ਚਮਚ ਸਹੀ ਜਵਾਬ ਹੈ। ਕਿਆ ਬਾਤ ਹੈ, ਪਹਿਲੀ ਵਾਰੀ 'ਚ ਹਾਂ। ਚਲੋ ਅਗਲੀ ਬਾਜ਼ਾਰ। ਸੋ ਆਪਣੀ ਨੈਕਸਟ ਬਾਜ਼ਾਰ ਤਾਂ ਹੈਗੀ ਹੈ ਜੀ। ਹਾਂਜੀ। ਸ਼ੁਰੂਆਤ ਸ਼ੁਰੂਆਤ ਮੇਂ ਵੋ ਹਰਾ ਹੋਤਾ ਹੈ। ਸ਼ੁਰੂਆਤ ਕੀ ਹੁੰਦਾ? ਸ਼ੁਰੂਆਤ ਹੁੰਦਾ, ਸ਼ੁਰੂਆਤ ਕੀ ਹੁੰਦਾ? ਉਹ ਫਲੋ ਫਲੋ 'ਚ ਬੋਲੇ ਗਿਆ ਸੀ। ਫਲੋ ਫਲੋ 'ਚ ਦੁੱਧ ਨਿਕਲ ਜਾਂਦੀ ਹੈ, ਇਹ ਵੀ ਦੱਸਦੀ ਨਹੀਂ ਹੈਗੀ। ਹਾਂ। ਸ਼ੁਰੂਆਤ ਮੇਂ ਵੋ ਹਰਾ ਰਹਤਾ ਹੈ, ਬਾਅਦ ਮੇਂ ਵੋ ਪੀਲਾ ਹੋ ਜਾਏ, ਬੱਚੇ ਔਰ ਬੁੜੇ ਉਸੇ ਖੂਬ ਖਾਏ। ਦੇਖੋ ਜੀ ਸਟਾਰਟਿੰਗ 'ਚ ਉਹ ਪੀਲਾ ਹੁੰਦਾ, ਬਾ ਹੈ ਹਰਾ ਹਰਾ ਹੁੰਦਾ, ਚਲੋ ਸਟਾਰਟਿੰਗ 'ਚ ਉਹ ਹਰਾ ਹੁੰਦਾ, ਬਾਅਦ 'ਚ ਪੀਲਾ ਹੋ ਜਾਂਦਾ, ਬੱਚੇ ਅਤੇ ਬਜ਼ੁਰਗ ਸਾਰੇ ਉਹਨੂੰ ਖਾਂਦੇ ਨੇ, ਖੂਬ ਖਾਂਦੇ ਨੇ, ਤੇ ਬੜੀ ਰਿੱਝਾਂ ਲਾ ਲਾ ਕੇ ਖਾਂਦੇ ਨੇ। ਰਿੱਝਾਂ ਲਾ ਲਾ ਕੇ ਖਾਂਦੇ ਨੇ, ਉਹਨੂੰ ਛਿਲਕੇ ਖਾਂਦੇ ਨੇ, ਸਾਰਾ ਕੁਛ ਕਰਕੇ ਖਾਂਦੇ ਨੇ। ਕੋਈ ਭਾਈ ਇਹ ਤਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਸਾਰਿਆਂ ਦਾ ਫੇਵਰੇਟ ਹੈ। ਔਰ ਮੈਨੂੰ ਬੋਲਣ ਜੇ ਤੁਸੀਂ ਬੋਲੋ, ਚਲ ਮੈਂ ਚੁੱਪ ਹੋ ਜਾਣਾ। ਸਾਰਿਆਂ ਦਾ ਫੇਵਰੇਟ ਹੈ, ਇਹਨਾਂ ਦਾ ਵੀ ਫੇਵਰੇਟ ਆਊ, ਗੱਲ ਵੱਖਰੀ ਹੈ ਵੀ ਇਹ ਖਾਂਦੇ ਘੱਟ ਨੇ। ਹੋ ਗਿਆ। ਮੈਂ ਕਹਿੰਦਾ ਸਾਰਿਆਂ ਦਾ ਫੇਵਰੇਟ ਹੈ, ਸਾਰੇ ਖਾਂਦੇ ਨੇ, ਔਰ ਇਸ ਸਮੇਂ ਤੋਂ ਸਮਾਂ ਵੀ ਚੱਲ ਰਿਹਾ ਉਹ ਖਾਣ ਦਾ ਬਹੁਤ ਜ਼ਿਆਦਾ। ਠੀਕ ਹੈ, ਇਹਦਾ ਸਹੀ ਜਵਾਬ ਹੈ ਜੀ ਅੰਬ। ਅੰਬ? ਮੈਂਗੋ? ਯੈਸ। ਆਮ? ਯੈਸ। ਹੋਰ ਵੀ ਜੋ ਕੁਛ ਕਿਹਾ ਜਾਂਦਾ ਕਮੈਂਟ ਕਰਕੇ ਦੱਸ ਦਿਓ ਆਪਣੇ ਪਿੰਡ ਸ਼ਹਿਰ ਦੇ ਵਿੱਚ। ਆਈ ਥਿੰਕ ਇਹੀ ਕੁਛ ਕਿਹਾ ਜਾਂਦਾ। ਅੰਬ ਨੂੰ ਅੰਬ ਹੀ ਕਹਿੰਦੇ ਨੇ, ਹੋਰ ਕੁਛ ਕਹਿੰਦੇ ਨੇ ਵੈਸੇ? ਕੋਈ ਸੁਣਿਆ ਤਾਂ ਹੈ ਨਹੀਂ, ਹੈ ਨਾ। ਇਹ ਅੰਬ ਨੂੰ ਵੈਸੇ ਕਿਸੇ ਹੋਰ ਪਿੰਡ ਸ਼ਹਿਰ ਦੇ ਵਿੱਚ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਕੁਛ ਹੋਰ ਕਿਹਾ ਜਾਂਦਾ, ਉਹ ਜ਼ਰੂਰ ਕਮੈਂਟ ਕਰਕੇ ਦੱਸੋ। ਠੀਕ ਹੈ, ਅੰਬ ਨਾਲ ਰਿਲੇਟਡ ਹੋਰ ਬਹੁਤ ਸਾਰੀਆਂ ਚੀਜ਼ਾਂ ਤਾਂ ਬਣਦੀਆਂ ਨੇ, ਜਿਵੇਂ ਆਮ ਪਾਪੜ, ਆਮ ਕਾ ਅਚਾਰ, ਆਮ ਰਸ ਹੋ ਗਿਆ। ਨਹੀਂ ਆਮ ਪਾਪੜ ਅੰਬ ਤੋਂ ਥੋੜ੍ਹਾ ਬਣਦਾ ਹੋਏਗਾ, ਅੰਬ ਤੋਂ ਹੀ ਬਣਦਾ ਹੈ, ਆਮ ਪਾਪੜ ਅੰਬ ਤੋਂ ਬਣਦਾ। ਚਲੋ ਕੋਈ ਗੱਲ ਨਹੀਂ, ਅਗਲੀ ਬਾਜ਼ਾਰ। ਸਾਡੀ ਨੈਕਸਟ ਬਾਜ਼ਾਰ ਤਾਂ ਹੈਗੀ ਆ ਜੀ। ਹਾਂਜੀ। ਮੈਨੂੰ ਇੱਕ ਅਜਿਹਾ ਸ਼ਬਦ ਦੱਸੋ ਜਿਹੜਾ ਕਿ ਫੁੱਲ ਵੀ ਬਣ ਜਾਂਦਾ, ਮਠਾਈ ਵੀ ਬਣ ਜਾਂਦੀ ਆ, ਅਤੇ ਫਲ ਵੀ ਬਣ ਜਾਂਦਾ। ਓਕੇ, ਇੱਕ ਇਹੋ ਜਿਹਾ ਸ਼ਬਦ ਦੱਸਣਾ ਜੋ ਕਿ ਫੁੱਲ ਵੀ ਬਣਦਾ, ਮਿਠਾਈ ਵੀ ਬਣਦੀ ਹੈ, ਅਤੇ ਫਲ ਵੀ ਬਣਦਾ ਜੀ। ਫੁੱਲ, ਫਲ ਅਤੇ ਮਿਠਾਈ ਤਿੰਨੋਂ ਬਣਦਾ, ਤਿੰਨੋਂ ਬਣਦਾ, ਇੱਕੋ ਸ਼ਬਦ ਹੈ। ਬੁੱਝੋ ਜੀ ਬੁਝਾੜ, ਤੁਸੀਂ ਬੁੱਝ ਸਕਦਾ, ਕਮੈਂਟ ਬਾਕਸ ਵਿੱਚ ਲਿਆ ਦਿਓ। ਹਨੇਰੀ ਅਤੇ ਠੰਡਾ ਠੰਡਾ ਮੌਸਮ ਹੋ ਰਿਹਾ, ਵੈਸੇ ਤਾਂ ਮੀਂਹ ਆਉਣ ਵਾਲਾ, ਲੇਕਿਨ ਇੰਨੀ ਵੀ ਠੰਡ ਨਹੀਂ ਹੈ ਕਿ ਅਸੀਂ ਕੋਟ ਪਾ ਲਈ ਅੱਜ। ਨਹੀਂ, ਬਹੁਤ ਕਿੰਨੇ ਦਿਨਾਂ ਬਾਅਦ ਕੋਟ ਉਤਾਰਿਆ ਨਾ ਵੈਸੇ? ਬਹੁਤ ਟਾਈਮ ਬਾਅਦ। ਨੋਰਮਲ ਕੱਪੜੇ ਦੀ ਵੀਡੀਓ ਬਹੁਤ ਟਾਈਮ ਬਾਅਦ ਬਣਾ ਰਹੇ ਹਾਂ। ਜਿਵੇਂ ਸਾਡੇ ਪੰਜਾਬ ਸਾਈਡ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ, ਜਦੋਂ ਅਸੀਂ ਨਾ ਉਧਰੋਂ ਆਉਂਦੇ ਹਾਂ ਬਾਈ ਚਾਂਸ ਕਈ ਵਾਰ ਪੈਕਿੰਗ ਕਰ ਦਿਆਂਗੇ, ਮੈਂ ਨਾ ਕੋਟ ਰੱਖ ਰਹੀ ਹੁੰਦੀ ਹੈਗੀ, ਮੇਰੀ ਫੈਮਿਲੀ ਮੈਨੂੰ ਕਹੂਗੀ ਹੈ ਤੈਨੂੰ ਅਜੇ ਵੀ ਕੱਕਰ ਖਾ ਰਿਹਾ ਹੈਗਾ। ਉਹੀ ਤਾਂ ਗੱਲ ਹੈ, ਜਦੋਂ ਮੈਂ ਕੱਪੜੇ ਸੁਕਾਉਣ ਪਾਉਂਦਾ ਨਾ ਕੋਠੇ ਦੇ, ਉਹ ਕਹਿੰਦੇ ਦੇਖਦੇ ਨੇ ਇਹ ਗਰਮੀਆਂ ਦੇ ਵੀ ਸਰਦੀਆਂ ਕੱਪੜੇ ਸੁਕਾਈ ਜਾਂਦੇ ਨੇ। ਹੱਸ
ਸੀ ਆਉਂਦੀ ਆ, ਮੈਂ ਸਾਰੇ ਗਰਮੀ ਵਾਲੇ ਪਾਉਂਦੇ ਨੇ, ਮੈਂ ਇਕੱਲੀ ਸਰਦੀ ਵਾਲੇ ਚੱਕਦੀ ਹਾਂ। ਖੈਰ ਚਲੋ ਆਪਾਂ ਬੁਝਾਰ ਪਲ ਵੱਧਦੇ ਹਾਂ, ਅਤੇ ਉਹ ਹੈ ਜੀ ਗੁਲਾਬ ਜਾਮੁਨ। ਕਿਵੇਂ ਜੀ? ਦੇਖੋ ਤੁਸੀਂ ਕਹਿ ਰਹੇ ਹੋ ਕਿ ਇੱਕੇ ਹੋਏ ਸ਼ਬਦ ਜਿਹਦੇ ਵਿੱਚ ਫਲ ਸਬਜ਼ੀ ਨਹੀਂ, ਫਲ ਫੁੱਲ ਅਤੇ ਫਲ, ਫਲ ਫੁੱਲ ਅਤੇ ਫਲ ਇੱਕੋ ਗੱਲ ਹੈ, ਫਲ ਫੁੱਲ ਅਤੇ ਮਿਠਾਈ ਅਤੇ ਮਿਠਿਆਈ। ਦੇਖੋ ਗੁਲਾਬ ਜਾਮੁਨ ਮਿਠਾਈ ਹੋ ਗਈ, ਫਲ ਹੋ ਗਿਆ ਆਪਣਾ ਜਾਮੁਨ, ਅਤੇ ਫੁੱਲ ਹੋ ਗਿਆ ਆਪਣਾ ਗੁਲਾਬ। ਗੁਲਾਬ ਜਾਮੁਨ ਤਿੰਨੋਂ ਚੀਜ਼ ਬਣ ਗਈ। ਬਿਲਕੁਲ, ਜਿਹਨੂੰ ਜਿਹਨੂੰ ਜਾਮਣਾ ਪਸੰਦ ਨੇ ਉਹ ਵੀ ਪਲੀਜ਼ ਕਮੈਂਟ ਕਰਕੇ। ਹਾਂ, ਔਰ ਜਿਹਨਾਂ ਨੂੰ ਮਤਲਬ ਤੋੜ ਕੇ ਖਾਣੀ ਪਸੰਦ ਹੈ ਚੋਰੀ ਕਰਕੇ ਉਹ ਵੀ ਦੱਸ ਦਿਓ, ਜਿਹਨਾਂ ਨੂੰ ਪੇਟ ਤੋਂ ਤੋੜ ਕੇ ਖਾਦੀ ਪਸੰਦ ਆ। ਹਾਂ, ਮੈਂ ਇਹੀ ਕਹਿਣਾ ਚਾਹੁੰਦਾ, ਬਸ ਭਾਵਨਾ ਹੀ ਹੈ। ਚਲੋ ਅਗਲੀ ਬੁਝਾਤਾ, ਇਹਨਾਂ ਦੀ ਭਾਵਨਾ ਕੁਝ ਜ਼ਿਆਦਾ ਨਿਕਲਣ ਲੱਗ ਗਈ, ਕੰਟਰੋਲ ਕਰਨੀ ਪਊਗੀ। ਕੰਟਰੋਲ ਉਹਦੇ, ਕੰਟਰੋਲ ਸੋ ਆਪਣੀ ਨੈਕਸਟ ਐਂਡ ਫਾਈਨਲ ਬੁਝਾਰਤ ਹੈਗੀ ਆ। ਓਹੋ, ਫਾਈਨਲ ਅੰਗਰੇਜ਼ੀ ਮੈਂ ਕੁਛ ਕਿਹਾ, ਮੈਂ ਕਿਹਾ ਬੋਲੋ ਆਮ ਲੋ। ਹਾਂਜੀ, ਜਬ ਵੀ ਆਏ ਹੋਸ਼ ਉਡਾਏ ਫਿਰ ਵੀ ਕਹਤੇ ਹੈ ਕਿ ਵੋ ਆਏ। ਹੈ, ਜਬ ਵੀ ਆਏ ਹਾਂ ਹੋਸ਼ ਉਡਾਏ ਹਾਂ ਫਿਰ ਵੀ ਕਹਤੇ ਹੈ ਕਿ ਵੋ ਆਏ। ਜਦੋਂ ਵੀ ਆਏ ਹੋਸ਼ ਨੂੰ ਉਡਾ ਜੇ ਫਿਰ ਵੀ ਕਹਿੰਦੇ ਨੇ ਆ ਜਾ ਆ ਜਾ ਆ ਜਾ। ਫਿਰ ਵੀ ਆਪਾਂ ਕਹਿੰਦੇ ਆ ਵੀ ਆ ਜਾ ਇੱਕ ਵਾਰ, ਆ ਜਾ ਆ ਜਾ ਆ ਜਾ ਉਹ ਗਾਣਾ। ਜਦੋਂ ਵੀ ਆਏ ਹੋਸ਼ ਉਡਾਏ ਫਿਰ ਵੀ ਆਪਾਂ ਕਹਿੰਦੇ ਆ ਆ ਜਾ ਭਾਈ, ਦੱਸ ਕੀ ਹੋ ਸਕਦਾ ਹੈ, ਬੁੱਝੋ ਜੀ ਬੁਝਾਰਤ ਨੂੰ ਪੁੱਛ ਸਕਦਾ ਹੈ ਉਹ ਜੀ ਕਿਹੜੀ ਚੀਜ਼ ਹੈ ਜਦੋਂ ਵੀ ਆਉਂਦਾ ਹੋਸ਼ ਨੂੰ ਉਡਾਉਂਦਾ ਹੈ। ਯੈਸ, ਤੇ ਇਹਦਾ ਜਵਾਬ ਥੋੜਾ ਹਿੰਟ ਤਾਂ ਦਿਓ। ਕਿਸੇ ਕਿਸੇ ਨੂੰ ਉਹ ਚੀਜ਼ ਇੰਨੀ ਪਿਆਰੀ ਆ ਨਾ, ਇੰਨੀ ਪਿਆਰੀ ਆ ਨਾ, ਬੰਦਾ ਉਹਦੇ ਨੀਂਦ ਕੁਛ ਵੀ ਕਰ ਸਕਦਾ। ਨੀਂਦ ਕਿਵੇਂ? ਜਦੋਂ ਵੀ ਹੈ ਹੋਸ਼, ਜਦੋਂ ਨੀਂਦ ਆਉਂਦੀ ਹੈ ਬੰਦੇ ਨੂੰ ਹੋਸ਼ ਉੜ ਜਾਂਦਾ, ਬੰਦੇ ਨੂੰ ਪਤਾ ਨਹੀਂ ਲੱਗਦਾ ਕਿੱਥੇ ਸੁੱਤਾ ਕਿੱਥੇ ਨਹੀਂ ਸੁੱਤਾ, ਤੇ ਹਰ ਕੋਈ ਤਾਂ ਨੀਂਦ ਤਾਂ ਆਇਆ, ਨੀਂਦ ਆਏਗੀ ਤਾਂ ਹੀ ਮਾਇੰਡ ਨੂੰ ਰੈਸਟ ਰੈਸਟ ਮਿਲੇਗਾ। ਯੈਸ, ਹੈ ਸਹੀ ਜਵਾਬ ਹੈ। ਦੇਖੋ ਵੀ ਸੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਸੋਣ ਦੇ ਨਾਲ ਨਾ ਉਹ ਟੈਨਸ਼ਨਾਂ ਦੂਰ ਹੁੰਦੀਆਂ ਨੇ, ਇਹ ਗੱਲ ਮਾਈਂਡ ਫਰੈਸ਼ ਹੁੰਦਾ, ਮਾਈਂਡ ਨੂੰ ਰੈਸਟ ਮਿਲਦਾ। ਹਾਂ, ਤਾਂ ਸੋਇਆ ਜ਼ਰੂਰ ਕਰੋ, ਘੱਟੋ ਘੱਟ 8 ਘੰਟੇ ਤਾਂ ਸੋਇਆ ਹੀ ਕਰੋ। ਉਹ ਗੱਲ ਵੱਖਰੀ ਆ, ਕੁਛ ਕੁ ਬੰਦੇ 24 ਘੰਟਿਆਂ ਵਿੱਚੋਂ ਘੱਟ ਤੋਂ ਘੱਟ 12 ਜਾਂ 15 ਘੰਟੇ ਸੌਂਦੇ ਰਹਿੰਦੇ ਨੇਗੇ, ਬਟ ਆਪਾਂ ਆਪਣੇ ਆਪ ਨੂੰ ਕੰਟਰੋਲ ਕਰਨਾ, ਜਿੰਨੀ ਨੀਂਦ ਦੀ ਲੋੜ ਆ ਸਿਰਫ ਉਨੀ ਹੀ ਨੀਂਦ ਲੈਣੀ ਆ, ਫਾਲਤੂ ਦੀ ਨੀਂਦ ਆਪਾਂ ਨਹੀਂ ਲੈਣੀ ਹੈਗੀ। ਸੋ ਬੋਲੋ ਜੀ। ਅੱਛਾ, ਹੋ ਗਈ ਸਵੇਰ। ਹਾਂ ਠੀਕ ਹੈ, ਤੇ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਨੀਂਦ। ਲਓ ਜੀ, ਬਸ ਖਤਮ, ਸਮਾਪਤੀ ਜੀ। ਲਓ ਜੀ, ਅੱਜ ਦੀ ਵੀਡੀਓ ਸਿਰਫ ਇੰਨਾ ਹੀ। ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗੀ। ਰੋਜ਼ਾਨਾ ਨਵੀਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਬਾਏ ਬਾਏ।